ਕਰਨੈਲ ਸਿੰਘ ਸੈਕਟਰੀ ਭੋਜਨ, ਜਿਹੜੀਆਂ ਸਾਡੀਆਂ ਮੰਗਾਂ ਨੇ ਜੀ, ਨਵੀਆਂ ਕਾਪੀਆਂ ਨਹੀਂ ਇਸ਼ੂ ਕਰਦੇ, ਇੱਕ DAP ਦੇ ਨਾਲ ਨੈਣੋ ਯੂਰੀਆ ਦਿੱਤਾ ਜਾਂਦਾ ਧੱਕੇ ਨਾਲ, ਇੱਕ ਥੈਲੇ ਦੇ ਉੱਪਰ 2 ਸੀਸੀਆਂ ਦਿੱਤੀਆਂ ਜਾਂਦੀਆਂ ਨੇ, ਕਿਸਾਨਾਂ ਦੀ ਲੁੱਟ ਮਚਾਈ ਜਾਂਦੀ ਹੈ, ਅਤੇ ਇੱਕ ਨਵੀਆਂ ਕਾਪੀਆਂ ਦੀ ਐਡਵਾਂਸਮੈਂਟ ਨਹੀਂ ਕਰਦੇ। ਡੀਜ਼ਲ ਦੀਵਾਲੀ ਦਾ ਤਿਉਹਾਰ ਹੈ ਜੀ, ਕਿਸਾਨ ਸੜਕਾਂ 'ਤੇ ਬੈਠੇ ਨੇ, ਸਾਡੀਆਂ ਮੰਗਾਂ ਬੰਦੀਆਂ ਜਾਣ। ਬਸ ਕਰਮਚਾਰੀ ਜਦੋਂ ਸਾਡੀਆਂ ਮੰਗਾਂ ਬੰਦ ਲੈਣਗੇ ਜੀ, ਉਦੋਂ ਭੇਜ ਦਾਂਗੇ, ਨਹੀਂ ਬੈਠੇ ਹਾਂ। ਰੋਟੀ ਪਾਣੀ ਦਾ ਪ੍ਰਬੰਧ ਹੈ ਜੀ, ਆ ਰਹੀ ਹੈ ਰੋਟੀ, ਅੰਦਰ ਵੀ ਦੇਵਾਂਗੇ ਜੀ, ਅੰਦਰ ਵੀ ਦੇਵਾਂਗੇ। ਗੱਦੇ ਆ ਰਹੇ ਨੇ ਅਤੇ ਬਿਸਤਰਾ ਵਗੈਰਾ ਵੀ ਆ ਰਿਹਾ, ਰਹਾਂਗੇ ਜੀ, ਸਾਰਾ ਦਿਨ ਰਾਤ ਰਹਾਂਗੇ ਇੱਥੇ। ਮੇਰਾ ਨਾਂ ਰਵਿੰਦਰ ਸਿੰਘ, ਮੈਂ ਜ਼ਿਲ੍ਹੇ ਦਾ ਆਗੂ ਹਾਂ। ਮੁਲਾਜ਼ਮਾਂ ਨੂੰ ਤਾੜੀਏ ਨਾ, ਸਾਡੇ ਪੈਸਿਆਂ ਨਾਲ ਇਹ ਪਲਦੇ ਨੇ, ਸਾਡੇ 'ਤੇ ਰੋਜ਼ ਟੈਕਸ ਲੱਗਦੇ ਨੇ, ਹੈ ਨਾ। ਹੁਣ ਜੇ BJP ਸਰਕਾਰ ਦਾ ਵਿਰੋਧ ਕਰਤਾ, ਹੁਣ ਕੈਪਟਨ ਆ ਕੇ ਚਾਹੇ ਕੁਛ ਵੀ ਕਰ ਲਏ, ਵੀ ਇਹ ਝੋਨਾ ਇੱਥੇ ਦੀ ਸਰਕਾਰ ਨਹੀਂ ਵਿਕਣ ਦਿੰਦੀ, ਪਰ ਉਹ BJP ਦਾ ਧੱਕਾ ਸਾਡੇ ਨਾਲ, ਉਹ ਖਿੱਜ ਕੱਢ ਰਹੇ ਨੇ, ਉਹ ਖਿੱਜ ਉਹ ਕੱਢ ਰਹੇ ਨੇ ਵੀ ਜਿਹੜਾ ਪਿੰਡਾਂ 'ਚ ਵਿਰੋਧ ਕਰਿਆ, ਇਹ ਕਿਸਾਨਾਂ ਦੀਆਂ ਉਹ ਨੇ, ਕਿਸਾਨਾਂ ਦੇ ਸਿਸਟਮ ਨਾਲ ਚੱਲਦੀਆਂ ਨੇ, ਇਹ ਜਾਣ ਬੁੱਝ ਕੇ BJP ਵਿਰੋਧ ਕਰ ਰਹੀ ਹੈ। ਸਾਰੀਆਂ ਬੈਂਕਾਂ ਨੇ ਜੀ, ਇਕੱਲੀ ਮਲੇਰਕੋਟਲੇ ਵਾਲੀ ਬੈਂਕ ਹੈ, ਹਾਂ ਸਹਿਕਾਰੀ ਬੈਂਕ, ਮੁਲਾਜ਼ਮ ਨੇ ਵਧੀਆ ਵੀ ਨੇ, ਪਰ ਮੁਲਾਜ਼ਮ ਕਾਠਪੁਤਲੀਆਂ ਬਣ ਜਾਂਦੇ ਨੇ, ਉਹ ਕੀ ਕਰਨ। ਜੇ ਹੁਣ ਆਪਾਂ ਕਹਿ ਦਈਏ ਵੀ DAP ਨਾਲ ਯੂਰੀਏ ਨਾਲ ਕੋਈ ਦਿੱਤਿਆ ਜਾਂਦਾ, ਕੋਈ ਨੈਣੋ ਯੂਰੀਆ ਜਾਂ ਹੋਰ, ਉਹ ਵਿਚਾਰੇ ਕਾਠਪੁਤਲੀ ਨੇ, ਉਹ ਕਾਲੀ ਪੁਰਨੀਆਂ ਬਣਾਈਆਂ ਗਈਆਂ ਨੇ। DAP ਉਰੇ ਨਹੀਂ ਹੋਇਆ, ਕਿਸਾਨਾਂ ਨੂੰ ਔਖਾ ਕਿਉਂ ਨਹੀਂ ਹੁੰਦਾ, ਕਿਸਾਨ ਰੁਲਦੇ ਨੇ ਜੀ, ਸਾਡੀਆਂ ਫਸਲਾਂ ਨਹੀਂ ਵਿਕਦੀਆਂ, ਇਹ ਸਾਨੂੰ ਧਰਨੇ ਲਾਉਣ ਲਈ ਮਜਬੂਰ ਕਰ ਰਹੀਆਂ ਨੇ ਸਰਕਾਰਾਂ, ਕੋਈ ਵੀ ਸਰਕਾਰ ਹੈ। ਇਹ ਜਦੋਂ ਸਾਡੀਆਂ ਮੰਗਾਂ ਮੰਨੀਆਂ ਗਈਆਂ, ਬਾਹਰ ਕੱਢਾਂਗੇ, ਨਹੀਂ ਅੰਦੋਲਨ ਇਹ ਤੋਂ ਵੱਡੇ ਕਰਾਂਗੇ, ਕਿਤੇ ਫਿਰ ਨਾ ਸਰਕਾਰਾਂ ਝਾਕਣ ਵੀ ਆਹ ਕੁਛ ਹੋ ਗਿਆ, ਤੂੰ ਵੱਡੇ ਅੰਦੋਲਨ ਕਰਾਂਗੇ। ਮੈਂ ਕੁਲਵਿੰਦਰ ਸਿੰਘ, ਭਾਰਤੀ ਕਿਸਾਨ ਏਕਤਾ ਗਰਾਂ ਦਾ ਜ਼ਿਲ੍ਹਾ ਪ੍ਰਧਾਨ। ਅੱਜ ਜਿਹੜਾ ਅਸੀਂ ਇੱਥੇ ਬੈਠੇ ਹਾਂ, ਸਾਡੇ ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚ 3 ਤੋਂ 4 ਪੈਟਰੋਲ ਪੰਪ ਆਉਂਦੇ ਨੇ, ਜਿਹੜੇ ਪੈਟਰੋਲ ਪੰਪਾਂ 'ਤੇ ਬਹੁਤ ਵੱਡੀ ਦਿੱਕਤ ਆ ਰਹੀ ਆ। ਜਿਹੜਾ ਪਹਿਲਾਂ ਸਾਨੂੰ ਤੇਲ 200 ਲੀਟਰ ਵੀ ਏਕੜ 'ਤੇ ਮਿਲ ਜਾਂਦਾ ਸੀ, 150 ਵੀ ਮਿਲ ਜਾਂਦਾ ਸੀ, ਸਾਡਾ ਕੰਮ ਚੱਲ ਜਾਂਦਾ ਸੀ। ਹੁਣ ਇੱਕ ਇਹਨਾਂ ਨੇ ਬਾਹਣ ਲਾਤੀ ਵੀ 2500 ਦਾ ਡੀਜ਼ਲ ਮਿਲਣਾ, ਚਾਹੇ ਤੁਹਾਨੂੰ ਉਹ 14 ਲੀਟਰ ਆਵੇ, ਜਾਂ 20 ਲੀਟਰ ਆਵੇ, ਜਾਂ 23 ਲੀਟਰ ਆਵੇ, ਰੇਟ ਦੇ ਹਿਸਾਬ ਨਾਲ। ਹੁਣ ਅਸੀਂ ਇਹਨਾਂ ਨਾਲ ਇਹ ਗੱਲ ਕਹੀ ਵੀ ਜੇ ਤੁਹਾਡਾ ਕਾਨੂੰਨ ਪਾਸ ਹੋ ਗਿਆ, ਸਾਨੂੰ ਤਾਂ ਕੋਈ ਪ੍ਰੂਫ ਦਿਖਾ ਦਿਓ। ਮੈਨੇਜਰ ਸਾਹਿਬ ਕਹਿੰਦਾ ਵੀ ਸਾਨੂੰ ਤਾਂ ਤੋਂ ਆਰਡਰ ਨੇ, 2500 ਤੋਂ ਵੱਧ ਦੇਣਾ ਨਹੀਂ। ਅਸੀਂ ਮੈਨੇਜਰ ਸਾਹਿਬ ਨੂੰ ਇਹ ਕਿਹਾ ਸੀ ਵੀ ਜੇ 2500 ਦਾ ਅਸੀਂ ਤੁਹਾਨੂੰ ਕੋਈ ਪ੍ਰੂਫ ਲਿਆ ਕੇ ਦੇ ਦਈਏ ਪੂਰੇ ਪੰਜਾਬ ਦੇ ਵਿੱਚੋਂ ਵੀ ਪਰਸੋਂ 10,000 ਦਾ ਤੇਲ ਕੱਟਿਆ, ਚੌਥੇ ਦਾ ਕੱਟਿਆ, 10-20,000 ਦਾ ਤੇਲ ਇੱਕ ਕਾਪੀ ਦੇ ਚੈੱਕ 'ਤੇ, ਵੀ ਫਿਰ ਤੁਸੀਂ ਕੀ ਹੋ। ਕਹਿੰਦੇ ਮੈਂ ਆਪਦੀ ਸਾਈਡ ਦਾ ਜ਼ਿੰਮੇਵਾਰ, ਮੈਂ ਹੋਰ ਨਹੀਂ ਕਿਸੇ ਦਾ, ਮੈਂ ਆਪਦੀ ਬ੍ਰਾਂਚ ਦਾ ਜ਼ਿੰਮੇਵਾਰ ਹਾਂ, ਬੈਂਕ ਦਾ ਜ਼ਿੰਮੇਵਾਰ ਹਾਂ, ਮੈਂ ਪੂਰੇ ਪੰਜਾਬ ਦਾ ਠੀਕ ਕਰ ਲਿਆ ਸਾਰਾ। ਰਵੱਈਆ ਚੰਗਾ ਨਹੀਂ ਸੀ? ਨਹੀਂ, ਰਵੱਈਆ ਚੰਗਾ। ਉਦੋਂ ਬਾਅਦ ਅਸੀਂ ਇੱਥੇ ਤੱਕ ਗੱਲ ਆ ਗਈ ਵੀ ਜੇ ਤੇਰੀ ਬੈਂਕ ਦੇ ਹੀ 5-4 ਦਿਨ ਪਹਿਲਾਂ ਦਾ ਕੱਟਿਆ ਡੀਲ ਲਿਖਾ ਦਈਏ, ਫਿਰ ਤੂੰ ਮੰਨਦਾ? ਕਹਿੰਦਾ ਜੀ ਮੇਰੀ ਡਾਊਟ 'ਚ ਨਹੀਂ ਕੱਟਿਆ ਗਿਆ, ਮੈਂ ਛੁੱਟੀ ਅਤੇ ਉਦੋਂ ਬਾਅਦ ਮੁੰਡੇ ਨੇ ਕੱਟਤਾ। ਵਿਤਕਰਾ ਕੀਤਾ ਜਾ ਰਿਹਾ ਜੀ। ਮੈਨੇਜਰ ਸਾਹਿਬ ਨੇ, ਮੈਨੇਜਰ ਸਾਹਿਬ ਦੇ ਸਾਰੀ ਬੈਂਕ ਇੰਡਰ ਆ, ਮੈਨੇਜਰ ਸਾਹਿਬ ਨੂੰ ਪਤਾ ਵੀ ਕਿਹੜਾ ਮੁਲਾਜ਼ਮ ਮੇਰਾ ਕਿੰਨਾ ਡੀਜ਼ਲ ਕੱਟ ਗਿਆ, ਕਿਹੜਾ ਕਿੰਨੇ ਦਾ ਕੱਟ ਗਿਆ। ਕੀ ਗੱਲ ਵੀ ਮੇਰੇ ਨਹੀਂ, ਸਾਡੇ ਕਿਸਾਨਾਂ ਨਾਲ ਧੋਖਾ ਹੋ ਰਿਹਾ। ਜਾਣੀ ਅਸੀਂ ਇਹ ਚਾਹੁੰਦੇ ਹਾਂ ਵੀ ਸਰਕਾਰ ਜਲਦੀ ਜਲਦੀ ਇਹਦੀ ਬਹਾਲੀ ਕਰੇ, ਇੱਥੇ ਨਵਾਂ ਭਰਤੀ ਕਰੇ ਮੈਨੇਜਰ। ਸਾਡੇ ਜਿਹੜੇ 13-14 ਚੈੱਕ ਆਏ ਹੋਏ ਨੇ, ਉਹ ਚੈੱਕਾਂ 'ਤੇ ਡੀਲ ਕੱਟਿਆ ਹੋਇਆ ਫੁੱਲ। ਸੌਰਵ ਬਾਂਸਲਾ ਜੀ, ਮੈਂ ਬ੍ਰਾਂਚ ਮੈਨੇਜਰ ਕੋਆਪਰੇਟਿਵ ਬੈਂਕ ਮਲੇਰਕੋਟਲਾ। ਕੀ ਮਸਲਾ ਜੀ? ਸਰ ਇਹਨਾਂ ਦਾ ਨਾ ਇਹ ST ਕੰਪੋਨੈਂਟ ਦੇ ਵਿੱਚ ਸਰਕਾਰ ਵੱਲੋਂ 2500 ਦੀ ਲਿਮਿਟ ਫਾਈਨਲ ਕੀਤੀ ਹੋਈ ਹੈ ਡੀਜ਼ਲ ਦੀ, ਇਹ ਚਾਹੁੰਦੇ ਨੇ ਕਿ ਆਪਾਂ ਵੱਧ ਦਈਏ। ਸਰ ਰੂਲ ਕਹਿੰਦਾ ਕਿ ਆਪਾਂ 2500 ਰੁਪਇਆ ਏਕੜ ਦੇ ਸਕਦੇ ਹਾਂ, ਠੀਕ ਹੈ, ਅਤੇ ਇਹਦੇ ਹਿਸਾਬ ਨਾਲ ਇਹ ਸਰਕਾਰ ਦੀ ਜੋ ਪੋਲਿਸੀ ਆ ਉਹਦੇ ਹਿਸਾਬ ਨਾਲ ਹੀ ਆਪਾਂ ਕਾਰਵਾਈ ਕਰ ਰਹੇ ਹਾਂ। ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ, ਇਹ ਤਾਂ ਪ੍ਰਸ਼ਾਸਨ ਬੈਠੇ ਜੀ, ਦੇਖੋ ਇਲੀਗਲ ਧਰਨਾ ਹੈ, ਮਰਜ਼ੀ ਹੈ ਇਹਨਾਂ ਦੀ।
नहीं जान दिता जा रहा, नहीं जान दिता जा रहा। खाना वाना खाता है जी? खाना वाना खा लेंगे, खाना वाना खा लेंगे जी, कोई गल नहीं।